ਸੋ ਸਾਡੇ ਸ਼ੈਲੀ ਜੀ ਜਸਪ੍ਰੀਤ ਸਿੰਘ ਜੀ ਰੱਖ ਰਹੇ ਨੇ ਸਮਾਨ ਗੱਡੀ ਦੇ ਵਿੱਚ ਆਹ ਸਾਡੀ ਸਵਾਰੀ ਜਿਹੜੀ ਸਾਨੂੰ ਪੂਰੇ ਇੰਡੀਆ ਦੇ ਦਰਸ਼ਨ ਕਰਾ ਰਹੀ ਹੈ ਸੋ ਅੱਜ ਦਾ ਪਲਾਨ ਇਸ ਤਰ੍ਹਾਂ ਹੈ ਦੋਸਤੋ ਕਿ ਅੱਜ ਅਸੀਂ ਹੁਣ ਜਾ ਰਹੇ ਹਾਂ ਜੀ ਚੈੱਕਆਊਟ ਕਰਨ ਤੋਂ ਬਾਅਦ ਡਾਇਰੈਕਟ ਉਦੈਪੁਰ ਸਿਟੀ ਪੈਲਸ ਅਤੇ ਸਿਟੀ ਪੈਲਸ ਤੋਂ ਬਾਅਦ ਜੀ ਸਾਡੇ ਸੈਕਿੰਡ ਡੈਸਟੀਨੇਸ਼ਨ ਹੋਣਗੀਆਂ ਲੇਕਸ ਔਰ ਉਸ ਤੋਂ ਬਾਅਦ ਅਸੀਂ ਜਾਣਾ ਜੀ ਸੱਜਣਗੜ੍ਹ ਫੋਰਟ ਔਰ ਸੱਜਣਗੜ੍ਹ ਫੋਰਟ ਤੋਂ ਬਾਅਦ ਅਸੀਂ ਆਪਣੀ ਰਵਾਨਗੀ ਕਰਾਂਗੇ ਜੀ ਅਹਿਮਦਾਬਾਦ ਲਈ ਜੋ ਕਿ ਇੱਥੋਂ 400-500 ਕਿਲੋਮੀਟਰ ਹੈ ਜੋ ਕਿ ਕੋਈ ਹੋਏਗਾ 600-700 ਕਿਲੋਮੀਟਰ ਦੀ ਡਰਾਈਵ ਹੋਏਗੀ ਅੱਜ ਪੂਰੇ ਦਿਨ ਦੀ ਔਰ ਆਈਡੀਆ ਤਾਂ ਇਹੀ ਹੈ ਕਿ ਅਸੀਂ ਅੱਜ ਸ਼ਾਮ ਦੇ 6 ਵਜੇ ਤੱਕ ਅਹਿਮਦਾਬਾਦ ਪਹੁੰਚ ਜਾਵਾਂਗੇ ਪਰ ਜੇ ਕਿਤੇ ਇੱਧਰ ਉੱਧਰ ਥੋੜ੍ਹਾ ਬਹੁਤਾ ਹੋਰ ਘੁੰਮਣ ਲੱਗਦਾ ਜਾਂ ਫਿਰ ਕੋਈ ਹੋਰ ਸਾਨੂੰ ਵਧੀਆ ਲੋਕੇਸ਼ਨ ਮਿਲ ਗਈ ਜਾਣ ਲਈ ਹੋ ਸਕਦਾ 1-2 ਘੰਟੇ ਉੱਪਰ ਵੀ ਹੋ ਜਾਣ ਸੋ ਮਿਲਦੇ ਹਾਂ ਜੀ ਹੁਣ ਰਸਤੇ ਦੇ ਵਿੱਚ ਲੈ ਕੇ ਚੱਲਦੇ ਹਾਂ ਤੁਹਾਨੂੰ ਉਦੈਪੁਰ ਸਿਟੀ ਪੈਲਸ ਬਣੇ ਰਹੋ ਜੀ ਸਾਡੇ ਨਾਲ ਲਓ ਜੀ ਦੋਸਤੋ ਆਪਾਂ ਓਲਡ ਉਦੈਪੁਰ ਸਿਟੀ ਦੇ ਵਿੱਚ ਐਂਟਰ ਹੋ ਚੁੱਕੇ ਹਾਂ ਇਹ ਸਾਰਾ ਓਲਡ ਉਦੈਪੁਰ ਦੇ ਨਾਮ ਨਾਲ ਜਾਣਿਆ ਜਾਂਦਾ ਏਰੀਆ ਉਦੈਪੁਰ ਹੁਣ ਤਾਂ ਵੈਸੇ ਬਹੁਤ ਵੱਡੀ ਸਿਟੀ ਬਣ ਚੁੱਕੀ ਹੈ ਬਟ ਇਹ ਓਲਡ ਉਦੈਪੁਰ ਆ ਔਰ ਇਹਦੇ ਵਿੱਚ ਅਸੀਂ ਹੁਣ ਆਏ ਹਾਂ ਜੀ ਉਦੈਪੁਰ ਸਿਟੀ ਪੈਲਸ ਨੂੰ ਐਕਸਪਲੋਰ ਕਰਨ ਲਈ ਦੇਖਣ ਲਈ ਸੁਣਿਆ ਤਾਂ ਬਹੁਤ ਹੈ ਜੀ ਉਹਦੇ ਬਾਰੇ ਥੋੜ੍ਹਾ ਬਹੁਤਾ ਯੂਟਿਊਬ 'ਤੇ ਦੇਖਿਆ ਸੀ ਕਿ ਹਾਂਜੀ ਕਾਫੀ ਵਧੀਆ ਆ ਸੋ ਅੱਜ ਪਰਸਨਲੀ ਵਿਜ਼ਿਟ ਕਰ ਰਹੇ ਹਾਂ ਫਸਟ ਟਾਈਮ ਅੱਜ ਤੋਂ ਪਹਿਲਾਂ ਵੀ ਵੈਸੇ ਮੈਂ ਉਦੈਪੁਰ ਵਿਜ਼ਿਟ ਕਰ ਚੁੱਕਾ ਹਾਂ ਬਟ ਉਦੋਂ ਵੀ ਸਿਰਫ ਕਿਉਂਕਿ ਅਸੀਂ ਅੱਗੇ ਮੁੰਬਈ ਨੂੰ ਜਾਣਾ ਸੀ ਸਿਰਫ ਇੱਕ ਰਾਤ ਦੀ ਸਟੇਅ ਸੀ ਸੋ ਉਦੋਂ ਅਸੀਂ ਇੱਥੇ ਕੁਛ ਨਹੀਂ ਦੇਖਿਆ ਸੀ ਅੱਜ ਬਟ ਦੇਖਾਂਗੇ ਮੇਨ ਅਟ੍ਰੈਕਸ਼ਨ ਜਿਹੜੇ ਹੈਗੇ ਆ ਅਤੇ ਉਹ ਸਾਰੇ ਅਸੀਂ ਕਵਰ ਕਰਾਂਗੇ ਜੀ ਸੋ ਹੁਣ ਆਪਾਂ ਜਾ ਰਹੇ ਹਾਂ ਉਦੈਪੁਰ ਸਿਟੀ ਪੈਲਸ ਵੱਲ ਜੋ ਕਿ 1 ਕਿਲੋਮੀਟਰ ਅੱਗੇ ਆ ਜੀ ਇੱਕ ਮਿੰਟ ਕਾਰ ਕਲੈਕਸ਼ਨ ਦੇਖਣ ਇੱਥੇ ਅਤੇ ਜੀ ਗੱਡੀ ਦਾ ਨਾਮ ਹੈ ਮੋਰਿਸ ਮਾਡਲ ਹੈਗਾ ਟਾਈਗਰ ਅਤੇ ਮੈਨੂਫੈਕਚਰਿੰਗ ਏਅਰ ਹੈਗਾ ਜੀ 1950 ਅਤੇ ਯੂਨਾਈਟਿਡ ਕਿੰਗਡਮ ਇੰਗਲੈਂਡ ਦੇ ਵਿੱਚ ਮੈਨੂਫੈਕਚਰਿੰਗ ਹੋਈ ਹੈ ਇਹਦੀ ਸ਼ੈਵਲ ਦਾ ਟਰੱਕ ਇਹ 1946 ਦਾ ਬਣਿਆ ਹੋਇਆ ਔਰ USA ਦੇ ਵਿੱਚ ਬਣਿਆ ਹੋਇਆ ਇਹ USA ਤੋਂ ਇੰਡੀਆ ਆਇਆ ਸੀ ਔਰ 1946 ਦਾ ਬਣਿਆ ਹੋਇਆ ਔਰ ਇਹ ਬੱਸ ਆ ਜੀ 1947 ਦੇ ਵੇਲਿਆਂ ਦੀ ਔਰ ਇਹ ਵੀ USA ਦੇ ਵਿਖੇ ਬਣੀ ਹੋਈ ਹੈ ਸੋ ਇਹਨੂੰ ਉਦੋਂ ਯੂਜ਼ ਕੀਤਾ ਜਾਂਦਾ ਸੀਗਾ ਟਰੱਕਿੰਗ ਦੇ ਸਮਾਨ ਢੋਇਆ ਜਾਂਦਾ ਸੀ ਔਰ ਇਹ ਬੱਸ ਹੈ ਜੀ ਇਹਦੇ ਵਿੱਚ ਕੋਈ 10-15 ਜਣੇ ਬੈਠ ਸਕਦੇ ਆ ਅੰਗਰੇਜ਼ਾਂ ਦੇ ਟਾਈਮ ਦੇ ਟੰਗ ਜਾਂ ਰੱਥ ਕਹਿ ਲਓ ਇਹ ਤਾਂ ਲਗਜ਼ਰੀ ਜਿਹਾ ਹੀ ਆ ਦੇਖੋ ਜੀ ਵੱਡਿਆਂ ਘਰਾਂ ਦੇ ਬੰਦੇ ਬਹਿੰਦੇ ਹੋਣੇ ਉਦੋਂ ਇਹਦੇ ਵਿੱਚ ਆ ਪਿੱਛੇ ਇੱਕ ਬੰਦੇ ਦੇ ਸੀਟ ਪਿੱਛੇ ਲਾਈ ਹੈ ਪਤਾ ਨਹੀਂ ਹੁਣ ਇਹ ਬੰਦਾ ਪਿੱਛੇ ਬੈਠ ਕੇ ਸ਼ਾਇਦ ਬ੍ਰੇਕਾਂ ਲਾਉਂਦਾ ਹੋਣਾ ਕਿਉਂਕਿ ਆਹ ਬ੍ਰੇਕ ਟਾਈਪ ਕੁਛ ਦਿੱਤਾ ਹੋਇਆ ਪਿੱਛੇ ਸੇਮ ਆ ਯਾਰ ਇੱਥੇ ਆ ਜੀ ਇਹਦੇ ਪਿੱਛੇ 2 ਬੰਦਿਆਂ ਦੇ ਬਹਿਣ ਦੀ ਜਗ੍ਹਾ ਦਿੱਤੀ ਹੋਈ ਹੈ ਸ਼ਾਇਦ ਜਿਹੜੇ ਰਾਜੇ ਮਹਾਰਾਜੇ ਹੋਣਗੇ ਜਾਂ ਵੱਡੇ ਬੰਦੇ ਹੋਣਗੇ ਉਹਨਾਂ ਦੇ ਜਿਹੜੇ ਨਾਲ ਨੌਕਰ ਨੁਕਰ ਜਾਂਦੇ ਆ ਉਹਨਾਂ ਵਾਸਤੇ ਇਹ ਚੀਜ਼ ਬਣਾਈ ਹੋਊਗੀ ਕਿ ਉਹ ਪਿੱਛੇ ਬੈਠ ਕੇ ਜਾ ਸਕਣ ਕਿਉਂਕਿ ਉਹ ਅੱਗੇ ਤਾਂ ਬੈਠ ਨਹੀਂ ਸਕਦੇ ਨਾਲ ਮਾਲਕਾਂ ਦੇ ਲਓ ਜੀ ਇਹ ਹੈਗੀ ਜੀ ਰੋਲਸ ਰੋਇਸ 1934 ਦੀ ਜਿੱਦਾਂ ਕਿ ਅੱਜ ਕੱਲ੍ਹ ਫੇਮਸ ਹੈ ਰੋਲਸ ਰੋਇਸ ਤੁਹਾਨੂੰ ਪਤਾ ਹੈ ਕਿ ਅਮੀਰਾਂ ਦੀ ਸਭ ਤੋਂ ਪਹਿਲੀ ਪਸੰਦ ਰੋਲਸ ਰੋਇਸ ਦੁਨੀਆ ਦੀਆਂ ਸਭ ਤੋਂ ਮਹਿੰਗੀ ਗੱਡੀਆਂ ਦੇ ਵਿੱਚ ਸ਼ੁਮਾਰ
1934 की रोल्स रॉयस है जी। तुसी इहदे टायर दे उत्ते रोल्स रॉयस का लोगो भी देख सकते हैं। ये रोल्स रॉयस उस टाइम की लग्जरी सी जी। दो चार छे सत्त बंदे तो बिठाउंदी सी जी उदों भी। ਇੱਥੇ ਇਹਨਾਂ ਨੇ ਕਾਫੀ ਜ਼ਿਆਦਾ ਸਾਰੀਆਂ ਗੱਡੀਆਂ ਖੜੀਆਂ ਕੀਤੀਆਂ ਹੋਈਆਂ ਜੀ। ਆਹ 1960 ਦੀ ਮਰਸਡੀ ਹੈ ਜੀ, 1960 ਦੀ ਮਰਸਡੀਜ਼। ਇਹ ਆਪਾਂ ਮੂਵੀਜ਼ ਵਗੈਰਾ 'ਚ ਗੋਰਿਆਂ ਦੀਆਂ ਇੰਗਲਿਸ਼ ਮੂਵੀਜ਼ ਦੇ ਵਿੱਚ ਕਿਤੇ ਦੇਖੀਆਂ ਹੋਣੀਆਂ। ये 1966 की मर्सडी, ये थोड़ी जी इतने जी फिर होर वधिया बनाती कंपनी ने, इहदा मॉडल अपग्रेड करता कंपनी ने। ये 1989 की मर्सडी जी, ये देखो तुसीं कि हौली हौली ये किदा अपग्रेड हो रही है जी, किदा लग्जरी हौली हौली मर्सडी ने अपनी गड्डियां नूं बनाउणा शुरू किया। हाँ फिर रॉयल्स रॉयस की आ गई जी, ये 1930-31 इंग्लैंड बनी हुई है जी रॉयल्स रॉयस, जो कि अजक घुड़के चलते आ कुछ कुछ उदा द। देखो उड्डे टायर नहीं है जिन्ना उन्होंने उपरों कवर किया गया है। हाँ अपने पिंडों के टैंपू के आले दुआले लोग लटके जाते भूंटते, इदा देखो ये स्पेस इन्ना कि मिलना तो 20 बंदे तो ये बाहर ही लटक सकते। हाँ फिर अगेन अगे रॉल्स रॉयस इंग्लैंड की जी 1924 की, ये इत्थे दे राजे की सी जी जो कि हुण म्यूजियम च रखी गई है। ये उहदे पर राजे की सवारी सी ते हुण इत्थे म्यूजियम दे विच रखी गई है, क्योंकि हुण तां इहनां दे विच राजिआं ने भी नहीं बहिणा जी। आ नाल स्टैपनी का प्रबंध किया गया कि जे टायर पेंचर हो जाए फिर ट्यूबलैस टायर नहीं होंदे सी। ये भी रॉल्स रॉयस है जी फैंटम, जो कि अजकल रॉयल्स रॉयस की तुहानूं पता कि सब तो महंगी गड्डी फैंटम आ। ये फैंटम 2 आ जी रॉल्स रॉयस की, 1934 की है जी, 1934 की है जी। ये मतलब तुम ये देखो जी कि उन्होंने वेलिया दी सोचना भी ये हम इंडियन जीपा आ गई, पर नहीं जी ये भी इंडियन नहीं है, ये फोर्ड जीप ट्रॉली है 42 USA, ये भी USA इंपोर्ट की हुई है। ये दोनों जिहड़ियां जीपा तुहानूं दिखाई दे रही है US तो इंपोर्ट की हुई हैं जी विद ट्रॉलीज, मतलब कि ट्रॉली भी यदि अमेरिका तो इंपोर्ट की हुई है। लो जी यह ब्रिटिश एम्पायर दी बग्गियां, ये जो अंग्रेजा ने राज किया ये बैठ के अंग्रेज साढ़े लोगों को कूड़े कूड़े मारन जाते होंगे ही, उन्होंने घरवालिया घरवालिया जो कि आप फिल्मों भी देखते हैं, हमने हमने फिल्म आई थी RRR वो बग्गी आम ही देखने को मिलती है। तो सूत्रों का पता लगा कि यही बग्गी लैके गए थे शूटिंग लिए, यही बग्गी तो गुरी जी बैठी थी। लो जी फाइनली असं पहुंचे हैं देसी मार्केट, ये है जी अपनी इंडियन दी बग्गियां मर्द तांगे वाले भी, जी सेज गाड़ी जी ये ट्रेडिशनल राजस्थानी है जी, पुराने टाइम के राजस्थान के यूज़ की होंगी, ये अंदर फैमिली को बिठा के कितने एक जगह तो दूजी जगह लेके जाया जाता सी। लो जी ये है सोलर रिक्शे सारे, ये जिन्हें भी रिक्शा तुम इतने दिखते पे सारे सोलर से चलने वाले है जी, सोलर पैनल लगे हुए इन्हों के रूफ से और ये सोलर पावर के नाल ही चलते हैं।
ਹੁਣ ਇਹ ਤਾਂ ਇਹਨਾਂ ਨੇ ਇੱਥੇ ਲਿਖਿਆ ਨਹੀਂ ਹੋਇਆ ਵੀ ਇਹ ਕਿਹੜੀ ਸੈਂਚੁਰੀ ਦੇ ਆ ਜਾਂ ਹੁਣ ਦੇ ਆ, ਲੇਟੈਸਟ ਆ ਜਾਂ ਪੁਰਾਣੇ ਆ, ਬਟ ਚਲੋ ਦੇਖਣ ਨੂੰ ਤਾਂ ਪੁਰਾਣੇ ਲੱਗਦੇ ਆ, ਬਟ ਹੈ ਸੋਲਰ ਦੇ ਚੱਲਣ ਵਾਲੇ। ਆਹ ਦੇਖੋ ਇਹਨਾਂ ਦੇ ਰੂਫ ਦੇ ਉੱਤੇ ਸੋਲਰ ਲੱਗਾ ਹੋਇਆ, ਤੁਸੀਂ ਦੇਖ ਸਕਦੇ ਹਾਂ ਇਹ ਸੋਲਰ ਪੈਨਲ ਦੇ ਨਾਲ ਹੀ ਚੱਲਦੇ ਆ ਜੀ। ਦੇਖੋ ਜੀ ਆਹ ਗੱਡੀ ਤੋਂ ਬਾਅਦ ਜਿਹੜੀ ਗੱਡੀ ਆ ਰਹੀ ਹੈ ਇਹ ਮੇਰੀ ਤਾਂ ਸ਼ੈਲੀ ਦੀ ਸਭ ਤੋਂ ਫੇਵਰੇਟ ਗੱਡੀ ਹੈ ਅਤੇ ਬੜੀ ਸੋਹਣੀ ਗੱਡੀ ਹੈ ਜੀ। ਤੁਸੀਂ ਦੇਖ ਸਕਦੇ ਹਾਂ ਇਹ ਇੱਕ ਮੂਵੀ ਦੇ ਵਿੱਚ ਮਿਸਟਰ ਬੀਨ ਵੀ ਲਈ ਫਿਰਦਾ ਸੀ ਜੀ। ਮਿਸਟਰ ਬੀਨ ਇਹ ਗੱਡੀ ਕਨਵਰਟੇਬਲ ਹੈਗੀ, ਇਹਦੀ ਛੱਤ ਉੱਪਰ ਹੋ ਜਾਂਦੀ ਹੈ, ਕਨਵਰਟੇਬਲ ਗੱਡੀ ਹੈ ਜੀ। ਯਾਦ ਹੋਇਆ ਜੀ ਉਸ ਟਾਈਮ 'ਤੇ ਅੰਗਰੇਜ਼ ਜਿਹੜੀ ਗੱਡੀਆਂ ਯੂਜ਼ ਕਰਦੇ ਸਾਰੀਆਂ UK ਇੰਪੋਰਟ ਹੈ ਜੀ, ਇਹ ਅਤੇ ਉਹਨਾਂ ਦੀਆਂ ਲਿਆਂਦੀਆਂ ਹੋਈਆਂ ਗੱਡੀਆਂ ਸਾਰੀਆਂ, ਜੋ ਕਿ ਜਾਣ ਵੇਲੇ ਛੱਡ ਕੇ ਕੋਈ ਦੌੜਨਾ ਤਾਂ ਉਹਨਾਂ ਨੂੰ ਪਲੇਨ 'ਚ ਪਿਆ ਸੀ ਗੱਡੀਆਂ ਗਈਆਂ ਨੇ।